ਸਪੈਸ਼ਲ ਹਾਈਟੈਕ ਟੀਮ ਦੇ ਇੰਚਾਰਜ SI ਸੁਰਜੀਤ ਸਿੰਘ ਅਤੇ SHO ਫਿਲੌਰ ਨੇ ਸਤਲੁਜ ਨਦੀ ਦੇ ਕੰਢੇ ਨਾਕਾ ਲਗਾ ਰੱਖਿਆ ਸੀ, ਜਿਸ ਦੌਰਾਨ ਲੁਧਿਆਣਾ ਵੱਲੋਂ ਇੱਕ ਸਵਿਫਟ ਕਾਰ ਨੰਬਰ PB02B1U6870 ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਅੰਦਰ ਦੋ ਵਿਅਕਤੀ ਬੈਠੇ ਸਨ, ਜਿਨ੍ਹਾਂ ਨੇ ਆਪਣਾ ਨਾਮ ਅਮਿਤਪਾਲ ਪੁੱਤਰ ਮਲਕੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਅਮਿਤਪਾਲ ਪੁੱਤਰ ਰੇਸ਼ਮ ਕੌਰ ਅੰਮ੍ਰਿਤਸਰ ਦੱਸਿਆ। ਗੱਡੀ ਵਿੱਚ ਉਹਨਾਂ ਦੇ ਕੋਲੋਂ 6 ਸੋਨੇ ਦੇ ਬਿਸਕੁਟ ਬਰਾਮਦ ਹੋਏ, ਜਿਨ੍ਹਾਂ ਦਾ ਭਾਰ 6 ਕਿਲੋ ਸੀ ਅਤੇ ਮੌਕੇ ਉੱਤੇ ਦੋਨੋਂ ਵਿਅਕਤੀ ਇਸ ਸੋਨੇ ਸੰਬੰਧੀ ਕੋਈ ਦਸਤਾਵੇਜ਼ ਨਹੀਂ ਵਿਖਾ ਸਕੇ, ਜਿਸ ਕਾਰਨ ਉਸ ਸੋਨੇ ਨੂੰ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ, ਜਿਸ ਦੀ ਸੂਚਨਾ ST ਅਤੇ ਆਇਕਰ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਹਦੇ ਵਿੱਚ ਇੱਦਾਂ ਵੀ ਕੱਲ੍ਹ ਸ਼ਾਮੀ ਜਿਹੜਾ ਸਾਡੇ SHO ਫਲੋਰ ਅਤੇ ਨਾਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਜਿਹੜੇ ਹੈਗੇ ਨੇ ਸੁਰਜੀਤ ਸਿੰਘ ਅਤੇ ਉਹਦੀ ਪੁਲਿਸ ਪਾਰਟੀ, ਉਹਨੇ SSP ਸਾਹਿਬ ਦੀਆਂ ਹਦਾਇਤਾਂ ਸੀ ਜੀ ਨਵਜੋਤ ਸਿੰਘ ਬਾਲ ਜੀ ਦੀ ਹਦਾਇਤ ਦੇ ਉੱਤੇ ਨਾਕੇ ਲੱਗੇ ਸੀ ਇੱਥੇ, ਅਤੇ ਨਾਕਾ ਹਾਈਟੈਕ 'ਤੇ ਵੀ ਨਾਕਾ ਸੀਗਾ। ਉੱਥੇ ਇੱਕ ਸਵਿਫਟ ਗੱਡੀ ਜਿਹੜੀ ਹੈ ਉਹ ਆਈ, ਜਿਹਨੂੰ ਇਹਨਾਂ ਨੇ ਸ਼ੱਕ ਦੀ ਬਣਾ 'ਤੇ ਰੋਕ ਕੇ ਚੈੱਕ ਕੀਤਾ, ਅਤੇ ਉਹਦੇ ਵਿੱਚੋਂ ਜਿਹੜੇ ਸੀਟ ਦੇ ਥੱਲਿਓ ਜਿਹੜਾ ਹੋਇਆ ਲੁਕੋਇਆ ਹੋਇਆ ਸੋਨਾ 6 ਕਿਲੋ ਜਿਹੜਾ ਮਿਲਿਆ। ਸਰ ਇਹਦੇ ਬਿਲਿੰਗ ਵਗੈਰਾ ਪ੍ਰੋਡਿਊਸ ਨਹੀਂ ਕਰ ਸਕਦੇ? ਬਿਲਿੰਗ ਤੋਂ ਕੋਈ ਪ੍ਰੋਸੀਡਿੰਗ ਨਹੀਂ ਕੀਤੀ ਸਾਡੇ ਕੋਲ, ਹੁਣ ਅਸੀਂ ਇਹਦੇ ਸੰਬੰਧ ਵਿੱਚ ED ਔਰ ਕਿਹਨਾ ਦੂਜਾ ਇਹਦੇ ਵਿੱਚ ਇਨਕਮ ਟੈਕਸ ਅਤੇ ਪਲੱਸ ਜਿਹੜਾ ਹੈਗਾ GST ਵਾਲੇ, ਇਹਨਾਂ ਤਿੰਨਾਂ ਨੂੰ ਅਸੀਂ ਕਿਹੜਾ ਇਨਫੋਰਮ ਕਰਤਾ, ਉਹ ਸਾਡੇ ਕੋਲ ਆ ਗਏ, ਹੁਣ ਉਹਨਾਂ ਅਸੀਂ ਹਵਾਲੇ ਕਰਾਂਗੇ, ਉਹ ਵੈਰੀਫਾਈ ਕਰਨਗੇ ਵੀ ਇਹ ਸਾਰਾ ਕੁਛ ਕਿੱਥੋਂ।